ਅਸਲਾਮ ਵਾਲੇਕਮ ਡਿਸਕਵਰ ਪੰਜਾਬ ਦੀ ਟੀਮ ਦੀ ਤਰਫੋਂ ਖੁਸ਼ ਆਮਦੀਦ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਗ੍ਰੀਨ ਪਾਕਿਸਤਾਨ ਗ੍ਰੀਨ ਪੰਜਾਬ ਦੇ ਜਿਹੜੇ ਨਜਾਇਜ਼ ਕਾਬਜ਼ੀਨ ਆ ਉਹਨਾਂ ਨੂੰ ਖਾਲੀ ਕਰਾਇਆ ਜਾ ਰਿਹਾ। ਅੱਜ ਹੈ ਰਫੀ ਕਮਰ ਰੋਡ ਦਾ ਦਿਨ ਸੀਗਾ, ਅਸੀਂ ਇੱਥੇ ਹੈ ਨਹੀਂ ਸੀ, ਅਸੀਂ ਥੋੜ੍ਹਾ ਜਿਹਾ ਸ਼ਹਿਰੋਂ ਬਾਹਰ ਗਏ ਹੋਏ ਸੀ। ਅਸੀਂ ਆਏ ਹਾਂ ਅਤੇ ਇਹ ਜਿਹੜੇ ਇਹਨਾਂ ਦੇ ਘਰ ਸੀਗੇ ਸਾਰੇ ਇਹਨਾਂ ਦੇ ਘਰ ਜਿਹੜੇ ਢਾ ਦਿੱਤੇ ਗਏ ਆ, ਅਤੇ ਬਾਕੀ ਇੰਤਜ਼ਾਮੀਆ ਸਾਡੇ ਆਉਣ 'ਤੇ ਪਹਿਲੇ ਹੀ ਚੱਲੀ ਸੀ। ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹਨਾਂ ਨੂੰ ਕੋਈ ਨੋਟਿਸ ਵਗੈਰਾ ਕੋਈ ਦਿੱਤਾ ਸੀ। ਹਾਂ ਬਾਈ, ਜੀ ਦੋਸਤੋ, ਇਹ ਸਾਰੇ ਨਜਾਇਜ਼ ਕਾਬਜ਼ੀਨ ਹੈ ਅਤੇ ਇਹਨਾਂ ਨੂੰ ਮੇਰਾ ਖਿਆਲ ਹੈ ਨੋਟਿਸ ਦਿੱਤਾ ਹੋਊਗਾ ਜਾਂ ਕੋਈ ਇਹਨਾਂ ਦਾ ਹੋਏਗਾ, ਅਤੇ ਅਸੀਂ ਇਹਨਾਂ ਦਾ ਵੀ ਮੌਕਫ ਲੈਂਦੇ ਹਾਂ। ਇੰਤਜ਼ਾਮੀਆ ਤਾਂ ਜਿਹੜੀ ਹੁਣ ਚਲੇ ਗਈ ਆ। ਅਸਲਾਮ ਅਲੈਕਮ। ਵਾਲੇਕੁਮ ਸਲਾਮ, ਕੀ ਹਾਲ ਹੈ ਜੀ? ਅੱਲਾਹ ਦਾ ਕਰਮ ਜੀ। ਇਹ ਜਗ੍ਹਾ ਨਜਾਇਜ਼ ਕਾਬਜ਼ੀਨ ਸੀ, ਤੁਸੀਂ ਨਜਾਇਜ਼ ਕਬਜ਼ਾ ਕੀਤਾ ਹੈ? ਬਾਈ ਜਾਨ, ਮੇਰੀ ਰਜਿਸਟਰੀ ਇੰਤਕਾਲ ਹੈ, ਰਜਿਸਟਰੀ ਇੰਤਕਾਲ ਵਾਲੇ ਸੱਤਿਆਨਾਸ਼ ਹੋਇਆ ਪਿਆ। ਜਿਹੜੇ ਨਜਾਇਜ਼ ਕਿ ਉਹ ਪਹਿਲੇ ਲੈ ਗਏ, ਰੋਡ ਬਣਾਏ ਨੇ ਨਾ ਉਹ ਖਤਮ ਠੀਕ ਹੈ। ਇਹ ਰਜਿਸਟਰੀ ਇੰਤਕਾਲ ਵਾਲੇ ਹਨ ਸਾਰਿਆਂ ਦੀਆਂ, ਜਿਹੜੇ ਵੀ ਹੁਣ ਦੇਖਦੇ ਪੈਣ। ਅੱਛਾ, ਹੁਣ ਜਿਹੜੀ ਹੈ ਰਜਿਸਟਰੀ ਇੰਤਕਾਲ ਸੀ ਜੀ, ਰਜਿਸਟਰੀ ਇੰਤਕਾਲ ਵਾਲੇ ਹਨ ਸਾਰੇ। ਮੈਂ ਰਜਿਸਟਰੀ ਮੌਕੇ ਤੇ ਚੱਕ ਕੇ ਲਿਆ, ਰਜਿਸਟਰੀ ਦਿਖਾਇਆ ਕਿ ਨਹੀਂ? ਇਹ ਪਹਿਲੇ ਸਰਕਾਰੀ ਕੱਢ ਗਏ ਹਨ, ਵਾਲੇ ਰੋਡ ਕੱਢ ਗਏ ਹਨ, ਹੁਣ ਦੁਬਾਰਾ ਵੱਲ ਆ ਗਏ ਹਨ। ਕੈਮਰਾਮੈਨ ਦਿਖਾਵੇ ਕਿ ਨਜ਼ਦੀਕ ਤੋਂ ਦੇਖੋ, ਬੱਚੇ ਛੋਟੇ ਛੋਟੇ ਸਾਰੇ ਦਿਖਾ, ਤੇ ਇਹਨਾਂ ਦੇ ਘਰ ਜਿਹੜੇ ਸੀਗੇ ਇਹ ਢਾ ਦਿੱਤੇ ਗਏ ਆ। ਨਹੀਂ ਵੈਸੇ ਮੇਰੀ ਅਰਜ਼ ਸੁਣੋ, ਇਸ ਤਰ੍ਹਾਂ ਘਰ ਜਿਹੜੇ ਇਸ ਤਰ੍ਹਾਂ ਘਰ ਢਾ ਨਹੀਂ ਸਕਦੇ ਕੋਈ। ਇਹ ਰੋਡ ਦੀ ਜਗ੍ਹਾ ਜ਼ਰੂਰ ਹੋਏਗੀ 25-25-30-30 ਫੁੱਟ, ਜਿਹੜਾ ਸਾਈਡ ਤੇ ਜਿਸ ਤਰ੍ਹਾਂ ਆਹ ਸਾਈਡ ਛੱਡੀ ਹੋਈ ਨਹੀਂ ਵਧਣਾ ਚਾਹੀਦਾ। ਇਹ ਵਨ ਵੇ ਵੀ ਹੋਣਾ ਕਿਸੇ ਦਿਨ ਨੂੰ, ਜਦੋਂ ਵਨ ਵੇ ਹੋਣਾ ਉਦੋਂ ਵੀ ਟੱਟਣਾ ਇਹਨੇ। ਰੋਡ ਪੱਕਾ ਇਹ ਬਣਿਆ, ਉਹ ਛੋੜ ਕਿੱਥਾਂ ਬਣਾਇਆ, ਛੋੜ ਕੇ ਹੁਣ ਸਾਡੇ ਗਰੀਬ ਬੰਦੇ ਘਰ ਇੱਕ ਦੀ ਨੇ ਆਖਣੀ ਨੇ ਗਵਾਰਾ ਕਿਤੇ ਵੇਖਦੀ ਕੋਈ ਆਖੂ ਜਾ ਕਹਿ ਕੋ ਵੀ ਕੋਈ ਸਮਾਨ ਹਟਾ ਗਏ, ਕੋਈ ਸ਼ਾ ਹਟਾ ਗਈ ਜਾਣ ਸਾਲ ਠੀਕ ਹੈ, ਸਭ ਕੁਝ ਦਲੀਲ ਤੇ ਖੁਆਰ ਕੀਤੀ ਗਣਾ, ਮਹੀਨਾ ਗੁਜ਼ਰਦੇ ਵੱਲ ਆ ਗਏ, ਵੱਲ 2 ਮਹੀਨੇ ਗੁਜ਼ਰਦੇ ਵੱਲ ਆ ਗਏ ਜੀ। ਬਜ਼ੁਰਗ ਤੁਸੀਂ ਕੀ ਇਹ ਗਰੀਬ ਬੰਦਾ ਇੱਥੇ ਹੈ ਕਿ ਹੁਣ ਬਣਾਇਆ ਸੀ ਆਖਣੇ ਬਣਾ ਕੇ ਬਣਾ ਕੇ ਹੁਣ ਜ਼ੁਲਮ ਕਿਤੇ ਵੱਲ ਸਾਰੇ ਘਰ ਆਖਣੇ ਬਣਾ ਕੇ ਉਮਰੇ ਕੀ ਹੋਏ ਇਹ ਆਖੇ ਦੀ ਦੇਖ ਲਓ ਗਰੀਬ ਆਸਰੇ ਮਜ਼ਦੂਰੀ ਕਰਦੇ ਬਣਾਈਏ ਹੁਣ ਜ਼ੁਲਮ ਵੱਲ ਕਰ ਦਿੱਤੇ ਨੇ ਜਗ੍ਹਾ ਗੌਰਮੈਂਟ ਦੀ ਜਗ੍ਹਾ ਸੀ, ਨਜਾਇਜ਼ ਕਾਬਜ਼ੀਨ ਸੀ, ਲੇਕਿਨ ਇਹਨਾਂ ਨੂੰ ਜਿਹੜੀ ਹੱਕ ਸੀ ਉਹ ਦੇਣਾ ਚਾਹੀਦਾ ਸੀ, ਟਾਈਮ ਦੇਣਾ ਚਾਹੀਦਾ ਸੀ। ਠੀਕ ਆ, ਬਹਾਵਲਪੁਰ ਇੰਤਜ਼ਾਮੀਆ ਨੂੰ ਇਹਨਾਂ ਨੂੰ ਨੋਟਿਸ ਦਿੰਦੇ 2-4 ਦਿਨ ਦਾ ਟਾਈਮ ਦੇਣਾ ਚਾਹੀਦਾ ਸੀ। ਜਿਹੜੀ ਹੱਕ ਦੀ ਗੱਲ ਆ, ਉਹਨਾਂ ਦਾ ਸਮਾਨ ਵੀ ਟੁੱਟਿਆ ਆ, ਖਰਾਬ ਹੋਇਆ ਆ। ਜਿਸ ਤਰ੍ਹਾਂ ਹੁਣ ਦੇਖੋ ਆਪ ਸਾਹਮਣੇ ਬੱਚੇ ਦਿਖਾਵੇ, ਛੋਟੇ ਛੋਟੇ ਬੱਚੇ ਆ, ਉਹਨਾਂ ਦਾ ਘਰ ਢਹਿ ਗਿਆ, ਪਰੇਸ਼ਾਨ ਆ। ਅਤੇ ਬਾਕੀ ਅਸੀਂ ਜੋ ਹੱਕ ਔਰ ਸੱਚ ਹੁੰਦਾ ਉਹਨੂੰ ਦਿਖਾਉਣ ਦੀ ਜ਼ਰੂਰ ਕੋਸ਼ਿਸ਼ ਕਰੀਦੀ ਆ। ਠੀਕ ਹੈ, ਅਤੇ ਸਾਨੂੰ ਜਿਸ ਤਰ੍ਹਾਂ ਹੀ ਪਤਾ ਲੱਗਾ ਕਿ ਅੱਜ ਰਫੀ ਕਮਰ ਰੋਡ ਦੇ ਉੱਤੇ ਆਈ ਹੈ ਬਹਾਵਲਪੁਰ ਇੰਤਜ਼ਾਮੀਆ, ਰਫੀ ਕਮਰ ਰੋਡ ਖਾਲੀ ਕਰਾ ਰਹੇ ਜਿਹੜੇ ਨਜਾਇਜ਼ ਕਾਬਜ਼ੀਨ ਬੈਠੇ ਹੈਗੇ। ਅਸੀਂ ਫੌਰੀ ਤੌਰ ਦੇ ਉੱਤੇ ਅਸੀਂ ਜਦੋਂ ਪਹੁੰਚੇ ਹਾਂ, ਉਸ ਤੋਂ ਪਹਿਲੇ ਇੰਤਜ਼ਾਮੀਆ ਵਾਲੇ ਜਾ ਸਕੇ ਸੀ। ਇਹ ਬਜ਼ੁਰਗ ਜਿਹੜੇ ਇੱਥੇ ਦੇ ਰਹਿਸ਼ੀ ਆ, ਮੁਕਾਮੀ ਇਹ ਹੈ ਸੀ, ਇਹਨਾਂ ਦੇ ਜਿਹੜਾ ਮੌਕਫ ਸੀ ਉਹ ਤੁਹਾਨੂੰ ਪੇਸ਼ ਕੀਤਾ ਗਿਆ।